ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਉਹਨਾਂ ਨੇ ਉੱਥੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਸੀ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੀ ਉਹਨਾਂ ਦੇ ਨਾਲ ਸੀ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੈਂ 17 ਮਹੀਨੇ ਜੇਲ੍ਹ 'ਚ ਰਿਹਾ ਤੇ ਝੂਠ ਤੇ ਸਾਜ਼ਿਸ਼ ਦੇ ਤਹਿਤ ਮੈਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੇਰੇ ਮਨ 'ਚ ਇਹੀ ਸੀ ਕਿ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਹੈ, ਇਸ ਲਈ ਅੱਜ ਮੈਂ ਆਇਆ ਹਾਂ। ਸ੍ਰੀ ਮਨੀਸ਼ ਸਿਸੋਦੀਆ ਜੀ, ਉਹਨਾਂ ਨੂੰ ਸਰਵਉੱਚ ਅਦਾਲਤ ਵੱਲੋਂ ਨਿਆਂ ਮਿਲਿਆ ਕਿ ਉਹਨਾਂ ਦੀ ਜ਼ਮਾਨਤ ਹੋਈ। ਸਾਨੂੰ ਪਹਿਲੇ ਦਿਨੋਂ ਪਤਾ ਸੀਗਾ ਕਿ ਝੂਠੀ ਕੇਸ ਨੇ, ਇਹੀ ਉਮੀਦ ਅਸੀਂ ਕੇਜਰੀਵਾਲ ਸਾਹਿਬ ਵਾਲੇ ਕੇਸ 'ਚ ਕਰ ਰਹੇ ਹਾਂ। ਇਸ ਤੋਂ ਪਹਿਲਾਂ ਸੰਜੇ ਸਿੰਘ ਜੀ ਦੇ ਵਿਰੁੱਧ ਕੋਈ ਸਬੂਤ ਨਹੀਂ ਸੀ, ਇੱਥੋਂ ਇਹ ਸਿੱਧ ਹੁੰਦਾ ਬਸ ਸਿਰਫ ਇਹ ਕੁਛ ਸਮੇਂ ਲਈ ਸਾਡੇ ਲੀਡਰਾਂ ਨੂੰ ਜੇਲ੍ਹ 'ਚ ਭੇਜ ਕੇ ਪਾਰਟੀ ਤੋੜਨ ਦੀ ਕੋਸ਼ਿਸ਼ ਕਰਦੇ ਆ, ਪਰ ਆਮ ਆਦਮੀ ਪਾਰਟੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ, ਉਹ 'ਚ ਕੋਈ ਤਰੇੜ ਜਾਂ ਦਰਾੜ ਨਹੀਂ ਆਊਗੀ। ਤੋ ਅਰਦਾਸ ਕੀਤੀ ਸੀ, ਮੈਂ ਵੀ ਕਈ ਵਾਰੀ ਆਇਆ ਇੱਥੇ, ਅਰਦਾਸ ਕੀਤੀ ਸੀ ਕਿ ਸੱਚ ਦੀ ਜਿੱਤ ਹੋਵੇ, ਸਾਨੂੰ ਬਲ ਬਖਸ਼ੇ। ਤਾਂ ਸੱਚ ਦੀ ਜਿੱਤ ਹੋਈ ਹੈ, ਤਾਂ ਅੱਜ ਮਨੀਸ਼ ਸਿਸੋਦੀਆ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਨੇ ਪਰਿਵਾਰ ਸਮੇਤ। ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਹੈਗਾ, ਸਿਰਫ ਮੱਥਾ ਟੇਕਣ ਆਏ ਨੇ। ਮੈਂ ਇੱਕ ਵੀ ਲਿਖਾਂਗਾ ਕਿ ਆਪਣੇ ਦਰਬਾਰ ਸਾਹਿਬ ਮੈਂ ਮੱਥਾ ਟੇਕਣ ਦਾ ਅਵਸਰ ਮਿਲਾ, ਇਹ ਬੜੇ ਸੌਭਾਗਿਆ ਸੇ ਮਿਲਤਾ ਹੈ। ਔਰ ਜਬ ਮੈਂ 17 ਮਹੀਨੇ ਜੇਲ੍ਹ ਮੇਂ ਥਾ, ਬਹੁਤ ਸ਼ਿੱਦਤ ਸੇ ਮੈਂ ਰੋਜ਼ਾਨਾ ਯਾਦ ਕਰਦਾ ਥਾ ਸੱਚੀ, ਕਿਉਂਕਿ ਮੈਂ ਸੱਚਾਈ ਕੀ ਲੜਾਈ ਲੜ ਰਹਾ ਥਾ ਔਰ ਝੂਠ ਔਰ ਸਾਜ਼ਿਸ਼ੋਂ ਕੇ ਤਹਿਤ ਜੇਲ੍ਹ ਮੇਂ ਭਿਜਵਾਇਆ ਗਿਆ ਥਾ। ਮੇਰੀ ਹਮੇਸ਼ਾ ਸੱਚੇ ਗੁਰੂ ਕੇ ਚਰਨੋਂ ਮੇਂ ਅਰਦਾਸ ਰਹਿਤੀ ਥੀ ਕਿ ਸੱਚਾਈ ਕੀ ਜੀਤ ਹੋਣੀ ਚਾਹੀਏ, ਔਰ ਜਬ ਸੱਚਾਈ ਕੀ ਜੀਤ ਹੋਈ, ਮੈਂ ਦਰਬਾਰ ਸਾਹਿਬ ਕੇ ਆਸ਼ੀਰਵਾਦ ਸੇ, ਮਾਨਯ ਸੁਪਰੀਮ ਕੋਰਟ ਔਰ ਸੰਵਿਧਾਨ ਕੀ ਵਜਹ ਸੇ ਨਿਆਂ ਮਿਲਾ। ਤੋ ਮੈਂ ਸਭਸੇ ਪਹਿਲੇ ਮਾਨ ਸਾਹਿਬ ਕੇ ਸਾਥ ਬਾਤ ਹੋਈ, ਤੋ ਸਭਸੇ ਪਹਿਲੇ ਇਹ ਚਰਚਾ ਹੋਈ ਕਿ ਸਭਸੇ ਪਹਿਲੇ ਸੱਚਖੰਡ ਪੇ ਜਾ ਕੇ ਮੱਥਾ ਟੇਕੇਂਗੇ, ਔਰ ਬਹੁਤ ਸ਼ਰਧਾ ਕੇ ਸਾਥ ਅੱਜ ਪੂਰੇ ਦਿਲ ਸੇ ਮੈਂ ਆਪਣੇ ਪਰਿਵਾਰ ਕੇ ਸਾਥ ਯਹਾਂ ਆਇਆ ਹੂੰ, ਔਰ ਬਹੁਤ ਆਭਾਰ ਵਿਅਕਤ ਕਰਤੇ ਹੋਏ। ਔਰ ਸੱਚਾਈ ਕੀ ਹਮੇਸ਼ਾ ਜੀਤ ਹੋਤੀ ਰਹੇ, ਜੋ ਲੋਕ ਸੱਚਾਈ ਕੇ ਲਈ ਲੜ ਰਹੇ ਹੈ ਉਨਕੀ ਜੀਤ ਹੋਤੀ ਰਹੇ, ਜੋ ਲੋਕ ਗਲਤ ਕਾਮ ਕਰ ਰਹੇ ਹੈ ਵੋ ਪਿੱਛੇ ਹਟੇ, ਵੋ ਨੀਚੇ ਆਏ। ਕੇਜਰੀਵਾਲ ਸਾਹਿਬ ਕੇ ਲਈ ਵੀ ਅੱਜ ਅਰਦਾਸ ਕੀ ਹੈ ਕਿ ਜਲਦ ਸੇ ਜਲਦ ਕੇਜਰੀਵਾਲ ਸਾਹਿਬ ਕੋ ਵੀ ਹਮਾਰੇ ਮੁੱਖ ਮੰਤਰੀ ਜੀ ਕੋ ਬਾਹਰ ਨਿਕਾਲੇ, ਔਰ ਸੱਚਾਈ ਕੀ ਵਹਾਂ ਵੀ ਜੀਤ ਹੋ, ਹਮ ਸਭ ਬਹੁਤ ਮਦਦ ਸੇ ਮੰਨਦੇ। ਜਿਸ ਤਰ੍ਹਾਂ ਆਪਕੋ ਬੇਲ ਮਿਲੀ ਹੈ, ਲਗਤਾ ਹੈ ਕੇਜਰੀਵਾਲ ਸਾਹਿਬ ਜੀ ਕੋ ਵੀ ਬੇਲ ਮਿਲ ਜਾਏਗੀ ਜੈਸੇ ਸੀਬੀਆਈ ਨੇ ਕਿਹਾ ਕੇਂਦਰ ਕੇ ਦੁਆਰਾ। ਦੇਖਿਏ ਯਹਾਂ ਇਹ ਤੋ ਮੈਨੇ ਕਹਾ ਨਾ, ਜੈਸੇ ਮੰਡਰੀ ਸੀਐਮ ਸਾਹਿਬ ਨੇ ਵੀ ਕਹਾ, ਇਹ ਤੋ ਸੱਚਖੰਡ ਹੈ, ਯਹਾਂ ਤੋ ਜੋ ਆ ਕੇ ਕਹੇਗਾ ਸੱਚਾਈ ਕੀ ਜੈ ਹੋ, ਵਹਾਂ ਤੋ ਸੱਚਾਈ ਕੀ ਜੈ ਹੋਣੀ ਹੋਣੀ ਹੈ, ਕਹੀਂ ਇਸ ਮੇਂ ਕੋਈ ਗੁੰਜਾਇਸ਼ ਨਹੀਂ ਹੈ। ਥੋੜੀ ਦੇਰ ਲਗਾ ਲਗਾ ਪੰਜਾਬ ਆਏ, ਜਿਸ ਦੁਬਾਰਾ ਆਏ ਜੇਲ੍ਹ ਤੋਂ ਬਾਹਰ, ਕਿਸ ਤਰ੍ਹਾਂ ਦਾ ਲਗਾ ਆਪਕੋ? ਮੈਂ ਖੁਦ ਯਹਾਂ ਰਹਾ ਹੂੰ, ਪਹਿਲੇ ਵੀ ਆਤਾ ਰਹਾ ਹੂੰ, ਪਰਿਵਾਰ ਹੀ ਹੈ, ਪੂਰੇ ਪਰਿਵਾਰ ਦਿੱਲੀ ਮੇਰੀ ਫੈਮਿਲੀ ਵੀ ਆਈ ਹੈ, ਹਮ ਸਭ ਨੇ ਪਰਿਵਾਰ ਮੱਥਾ ਟੇਕਾ ਹੈ, ਕਿਉਂਕਿ ਰਾਜਨੀਤੀ ਔਰ ਸਰਕਾਰ ਆਪਣੀ ਜਗ੍ਹਾ ਰਹਿਤੀ ਹੈ, ਲੇਕਿਨ ਪਰਿਵਾਰ ਹਮਾਰਾ ਸਭਸੇ ਬੜਾ ਹੈ, ਔਰ ਮੈਂ ਇਸਕੇ ਲਈ ਵੀ ਉੱਪਰ ਵਾਲੇ ਕਾ ਸ਼ੁਕਰਗੁਜ਼ਾਰ ਹੂੰ ਕਿ ਉਹਨੇ ਇਸ ਸੰਕਟ ਕੇ ਸਮੇਂ ਮੇਂ ਹਮ ਸਭਕੋ ਬਲ ਦਿਆ, ਔਰ ਤਮਾਮ ਸਾਜ਼ਿਸ਼ੋਂ ਕੇ ਬਾਅਦ ਵੀ ਹਮਾਰੀ ਟੀਮ ਇੱਕ ਪਰਿਵਾਰ ਕੀ ਤਰ੍ਹਾਂ ਸੇ, ਮੁੱਠੀ ਕੀ ਤਰ੍ਹਾਂ ਇੱਕ ਹੈ।